ਸਾਰੀ ਕੋਈ ਨਹੀਂ ਮਦਾ ਪਾਉਂਦਾ ਕੌਣ ਚਵਾਈ ਸੀ ਅੱਜ ਮੇਰੇ ਨਾਲ ਮੱਝਾਂ ਸਾਰੀਆਂ ਭੁੱਖੀਆਂ ਖਲੋਤੀਆਂ ਹਨ ਚਲੋ ਕੋਸ਼ਿਸ਼ ਕਰਾਂਗੇ ਇਹ ਤਾਂ ਇਤਨਾ ਭਾਰਾ ਹੈ ਇੱਕ ਤਾਂ ਸੁਬਹਾ ਸੁਬਹਾ ਸਾਰੇ ਬਾਹਰ ਨਿਕਲ ਜਾਂਦੇ ਹਨ ਘਰ ਦੇ ਕੰਮ ਕਿਸੇ ਨੂੰ ਕੋਈ ਨਹੀਂ ਪਤਾ ਹੁੰਦਾ ਸਾਰਾ ਮੈਂ ਕਰਨਾ ਹੁੰਦਾ ਹੈ ਓ ਹੈਲੋ ਹਾਂਜੀ ਹਾਂਜੀ ਕਿਹਦੇ ਜਾਂਦਾ ਪਿਆ ਮੈਂ ਸ਼ੱਕ ਨੂੰ ਜਾਂਦਾ ਪਿਆ ਸੀ ਵੇਲਾ ਹੀ ਹੈ ਨਾ ਤੈਨੂੰ ਪਤਾ ਹੀ ਹੈ ਸਮਾਨ ਲੈਣ ਜਾਵਾਂ ਵੇਲਾ ਮੈਂ ਆ ਤੇਰੇ ਵਾਂਗਾ ਕੋਈ ਅੱਛਾ ਮੈਂ ਤਾਂ ਵੈਸੇ ਮਜ਼ਾਕ ਕਰ ਰਹੀ ਹਾਂ ਮੂੰ ਐ ਪਾਂਦਾ ਤੇ ਉੱਥੇ ਤੋੜੀ ਸਤਾ ਚਾ ਚਾ ਸੀ ਤੇਰਾ ਮੇਰਾ ਮਜ਼ਾਕ ਬਣਦਾ ਪਹਿਲੇ ਦੱਸ ਨਹੀਂ ਨਹੀਂ ਤੂੰ ਤਾਂ ਇੰਨਾ ਹੈਂਡਸਮ ਪਿਆਰਾ ਹੈ ਇਹ ਹੁਣ ਪੰਦ ਚਾ ਕੇ ਸੱਟਣੇ ਨਾ ਹਾਂ ਕਦੀ ਮੈਂ ਤਾਂ ਘਰ ਦਾ ਕੰਮ ਨਹੀਂ ਕੀਤਾ ਹੁਣ ਤੋਂ ਆਖਣ ਤੋਂ ਤਾਂ ਨਾ ਨਹੀਂ ਕਰਦਾ ਚਲੋ ਚਾ ਕੇ ਦੇ ਚਾ ਚਵਾਈ ਸੇ ਕੇ ਮਗਲਾ ਚਾ ਲਵਾਂ ਨਹੀਂ ਨਹੀਂ ਖਲਾ ਮੈਂ ਚਵਾਈ ਨਹੀਂ ਆ ਚਲ ਚਵਾ ਮੈਨੂੰ ਪਤਾ ਹੈ ਤੇਰੇ ਕੋਲ ਹੀ ਕੋਈ ਨਹੀਂ ਚਵਣਾ ਨਾ ਇਤਨਾ ਜ਼ਿਆਦਾ ਇਹ ਬਾਕੀ ਤੂੰ ਚਾਹੀ ਲਿਆ ਲਿਓ ਨਾ ਚਲੋ ਅੱਛਾ ਠੀਕ ਹੈ ਚਲੋ ਮੈਂ ਵੀ ਥੋੜਾ ਜਿਹਾ ਦਾਰ ਹਾਂ ਬਾਕੀ ਤਾਂ ਇੱਥੇ ਤੁਲ ਕੇ ਬੈਠਾ ਹਾਂ ਹਾਂ ਡੰਗਾ ਟੋਟਨ ਮੈਂ ਤਾਂ ਕਦੇ ਘਰ ਦਾ ਕੰਮ ਨਹੀਂ ਕੀਤਾ ਏ ਇਸ ਦੇ ਮੈਨੂੰ ਕਿਹੜੇ ਯਾਬ ਨੂੰ ਬਾਹਰ ਛੜਿਆ ਇੱਥੇ ਨਾ ਖੜੇ ਨੇ ਆਗਾ ਆਪੇ ਰੱਖ ਲੈ ਸੀ ਪਤਾ ਨਹੀਂ ਕਿਤੇ ਰੱਖਣਾ ਸੀ ਇਹ ਕੀ ਬੱਬੂ ਤਾਂ ਛੋਰ ਨੂੰ ਲੈ ਕੇ ਅੰਦਰ ਵਗਿਆ ਜਾਂਦਾ ਮਾਂ ਚਾਚੇ ਰਾਂਝੇ ਨੂੰ ਦੱਸ ਕੇ ਆਉਣਾ ਉਹ ਸੁਣਾ ਬਈ ਕਮਾਨ ਸ਼ਮਾਨ ਸਟਾ ਲੈ ਆਈ ਮਾਂ ਨਾ ਓਏ ਹੋਰ ਕਾਚਾ ਨਾਂਜਾ ਹੱਥ ਸੱਟ ਉਹ ਖੈਰ ਆਈ ਤੈਨੂੰ ਗੱਲ ਸੁਣਾਵਾ ਕੀ ਬੜੀ ਇੱਕ ਨਿਊਜ਼ ਲੈ ਕੇ ਆਇਆ ਅੱਛਾ ਲੈ ਜਬ ਦੇ ਦੱਸ ਮੈਂ ਆਏ ਇੱਕ ਬੰਦਾ ਜਿਹੜਾ ਹੈ ਨਾ ਹਾਂ ਦੋਨ ਵਿੱਚ ਲੈ ਕੇ ਵੜ ਗਿਆ ਕਈ ਨੂੰ ਲੈ ਕੇ ਵੜ ਗਿਆ ਛੋਰ ਨੂੰ ਇੱਕ ਤਾਂ ਚੱਗਲ ਗਈ ਸਮਝ ਹੀ ਨਹੀਂ ਆਉਂਦੀ ਯਾਰ ਉਹ ਤਾਂ ਗੱਲ ਦਾ ਸਾਇ ਕਿ ਰੋੜਾ ਕੀ ਰਾਮ ਨਾਲ ਦਾ ਆਰਾਮ ਨਾਲ ਦਾ ਸਰ ਉਹ ਜਿਹੜਾ ਬੱਬੂ ਛੋਰ ਨਾ ਬੱਬੂ ਹਾਂ ਉਹ ਇੱਕ ਛੋਰ ਨੂੰ ਲੈ ਕੇ ਦੋਨ ਵੜ ਗਿਆ ਸਾਡੇ ਵਾਲੇ ਦੋਵੇਂ ਹਾਂ ਉਹ ਕੀ ਉੱਥੇ ਕੀ ਕਰੇ ਪਤਾ ਨਹੀਂ ਮੈਂ ਤੁਹਾਨੂੰ ਦੱਸਣ ਆਇਆ ਉਹ ਚਾਲ ਲੋ ਕੋ ਰੋਲਾ ਹੀ ਨਾ ਬਣਿਆ ਖੜਾ ਹੋ ਜਲਦੀ ਆ ਜਲਦੀ ਚਾਚਾ ਜਾਂ ਗਿਆ ਖਾਲੀ ਹੱਥ ਤੁਰੇ ਆਉਂਦੇ ਹੋ ਛੱਡੋ ਮੇਰੀ ਗੱਲ ਤੇ ਸੁਣੋ ਹੋਇਆ ਕੀ ਮਸਲਾ ਦੱਸੋ ਅੰਦਰ ਕੀ ਕਰਦਾ ਪਿਆ ਹਾਏ ਰੱਬਾ ਤੁਹਾਡੀ ਜਿਹੜੀ ਗੰਦੀ ਸੋਚ ਹੈ ਨਾ ਕਦੀ ਸੈਟ ਨਹੀਂ ਹੋਈ ਅੰਦਰ ਮੈਨੂੰ ਪੱਠੇ ਟੁ ਕਹਿੰਦਾ ਖਲੋਤਾ ਹਾਈ ਅੰਦਰ ਪੱਠੇ ਟੁ ਕਹਿੰਦਾ ਖਲੋਤਾ ਸਾਡੀ ਮਸ਼ੀਨ ਅੰਦਰ ਨਹੀਂ ਲੱਗੀ ਹੋਈ ਹਾਂ ਤੇ ਬਾਤ ਮੇਰੇ ਭਰਾ ਘਰ ਵਦੇ ਕੋਈ ਨਹੀਂ ਪਾਉਂਦਾ ਉਸ ਮੇਰੇ ਨਾਲ ਚਵਾਇਆ ਤੇ ਨਾ ਚਲੋ ਮੈਂ ਤੇ ਨਾਲ ਟੁਕਾ ਦੇਣਾ ਓਏ ਤੂੰ ਕੌਣ ਹੋਣਾ ਅੰਦਰ ਪੱਠੇ ਟੁਕਾਉਣ ਵਾਲਾ ਭਾਈ
जहान ही कोई नहीं आखा मेरे बिरा कोई नी घर मैं अंदर पांदे टुका बिरा बना के अंदर लाके गई अंदर लाके गई मैं तो पांदे टुका मुड़के सामने तेनू नौकर के इशारे रखे हुए।